ਹਾਂਜੀ ਬਾਈ ਜੀ, ਆਪਣ ਲਵੇ TVS ਮੋਟਰਸਾਈਕਲ ਆਇਆ, ਡੇਢ ਦੋ ਸਾਲ ਵਾਂਗੂ ਹੋ ਗਏ ਬਾਈ ਦਾ ਖੜਾ ਮੋਟਰਸਾਈਕਲ। ਕਿੰਨਾ ਚਿਰ ਹੋ ਗਿਆ ਬਾਈ? ਬਾਈ ਡੇਢ ਸਾਲ ਹੋ ਗਿਆ। ਅਤੇ ਹੁਣ ਆਪਾਂ ਇਹਨੂੰ ਸਟਾਰਟ ਕਰਕੇ ਦੇਖਦੇ ਹਾਂ ਵੀ ਕੀ ਹਾਲਾਤ ਨੇ ਬਾਈ ਨਾ, ਪਲੱਗ ਵਾਲੇ ਫੂਕ ਦਿੱਤੀ TVS ਵਿਕਟਰ ਹੈ GX ਬੈਕ ਗੇਰਾਂ 'ਚ, ਅਤੇ ਸਟਾਰਟ ਕਰਦੇ ਹਾਂ। ਅਤੇ ਮਗਲੈਲ ਕਿੰਨਾ ਖਾਂਦਾ ਸੀ? ਮਗਲੈਲ ਵੀ ਬਾਹਲਾ ਖਾਂਦਾ ਬਾਈ। ਅਤੇ ਕਰਦੇ ਹਾਂ ਸਟਾਰਟ। ਬੰਦ ਬਾਈ, ਇਹ ਇੰਜਣ ਆਪਾਂ ਸਾਰਾ ਖੋਲ ਲਾਂਗੇ, ਨਾਲੇ ਕ੍ਰੈਂਕ ਦਾ ਕੰਮ ਕਰਾਵਾਂਗੇ, ਸਲੀਪ ਦਾ, ਹੈੱਡ ਦਾ, ਕਲੱਚ ਪਲੇਟਾਂ, ਟਾਈਮਿੰਗ ਚੈਨ ਅਤੇ ਲੋਕ ਲੂਕ ਜੇ ਪਾਵਾਂਗੇ ਤਾਂ ਤੋਂ ਡਾਇਰੈਕਟਿਵ ਹੋਇਆ ਪਿਆ। ਹੁਣ ਵੀ ਇਹ ਕਾਰਬੇਟਰ ਮਾੜਾ, ਵਿੱਚੋਂ ਖੋਲ੍ਹ ਕੇ ਜੈੱਟ ਜੁੱਟ ਜੇ ਸਾਫ਼ ਕਰਕੇ ਫਿਰ ਸਟਾਰਟ ਕੀਤਾ। ਮੈਂ ਸਟਾਰਟ ਕਰਕੇ ਆਪਾਂ ਨੂੰ ਪਤਾ ਲੱਗ ਜੂ ਕੀ ਕੁਛ ਕੰਮ ਭਾਲਦਾ। ਖਤਮ ਹੀ ਹੈ ਕਹਾਣੀ ਬਾਈ, ਲਵੇ ਆਹ ਇੱਕ ਮੋਟਰਸਾਈਕਲ ਵੇਖ ਗਿਆ HF, ਅਤੇ ਇਹ ਕਹਿੰਦਾ ਤੇਲ ਜ਼ਿਆਦਾ ਖਾ ਰਿਹਾ, ਕਹਿੰਦਾ ਇਹਦਾ ਖਰਚਾ ਬਹੁਤ ਘੱਟ ਸੀ, ਆਪਾਂ ਨੇ ਇਹੀ ਚੱਲਦਾ ਕਰਨਾ ਪੁਰਾਣਾ ਹੀ। ਅਤੇ ਸਾਰਾ ਕੰਮ ਕਰਾਂਗੇ, ਸਾਣੀ ਕਰੰਟ ਕਰੁੰਟ ਦਾ ਸਾਰਾ ਸਿਸਟਮ, ਲੋਕ ਲੂਕ ਇਹ ਵੀ ਨਵਾਂ ਹੀ ਪਾਵਾਂਗੇ, ਸਾਰਾ ਪੱਟਾਂਗੇ ਨਾ, ਨਟ ਨਟ ਖੰਡਿਆ ਦਾਂਗੇ, ਨਟ ਨਟ ਹੀ ਬੰਦ ਹੀ ਦਿਖਾਵਾਂਗੇ ਤੁਹਾਨੂੰ ਸਾਰਾ। ਲੀਟਰ ਪਹਿਲੇ ਹੀ ਬੰਦ ਹੋ ਕੇ ਖੜ ਜਾਂਦਾ ਰੱਖ ਲੈਂਦਾ। ਹਾਂਜੀ, TVS ਖੁੱਲ੍ਹ ਗਿਆ ਆਪਣਾ, ਕਰੰਟ ਦਾ ਕੰਮ ਕਰਾ ਕੇ ਲੈ ਕੇ ਉਹਨੇ ਆਪਾਂ ਕਿੱਟ ਨਵੀਂ ਪਾਵਾਂਗੇ। ਪਿਸਟਨ ਇਹਦੇ ਵਿੱਚੋਂ 100 ਨੰਬਰ ਲਿਖ ਲਿਆ, ਅਤੇ ਸਲੀਵ ਨਵੀਂ ਪਾਵਾਂਗੇ, ਹੈੱਡ ਦੇ ਵਾਲ ਪੱਟਦੇ ਹਾਂ, ਗੇਅਰ ਵੀ ਖੰਡਿਆ ਤਾ ਸਾਰਾ, ਉਹ ਪਿਆ ਇੱਧਰ ਇਕੱਲਾ ਗੁੱਲਾ ਜੀ ਰਹਿ ਗਿਆ ਵਿੱਚ, ਬਾਕੀ ਸਮਾਨ ਆਪਣਾ ਆ ਪਿਆ ਇੱਧਰ, ਕਲੱਚ ਦੀਆਂ ਪਲੇਟਾਂ ਵੀ ਨਵੀਆਂ ਪਾਵਾਂਗੇ, ਟਾਈਮਿੰਗ ਚੈਨ ਵਗੈਰਾ ਸਾਰਾ ਕੁਛ, ਅਤੇ ਆਹ ਸਿਸਟਮ ਜਿਹਾ ਵੀ ਓਕੇ ਕਰਾਂਗੇ ਜੀ। ਖਰਾਬ ਦਾ ਕੰਮ ਆਪਣਾ ਹੋ ਕੇ ਆ ਗਿਆ, ਕਰਿੰਕ ਦਾ ਕੰਮ ਕਰਵਾ ਲਿਆਂਦਾ ਆਪਾਂ ਨੇ, ਅਤੇ ਬਿਲਕੁਲ ਸਹੀ ਹੈ, ਕਰਿੰਕ ਅਸੈਂਬਲੀ ਦਾ ਸਾਰਾ ਕੰਮ ਹੋ ਗਿਆ, ਅਤੇ ਵਾਲ ਹੈੱਡ 'ਤੇ ਲੱਗ ਕੇ ਆ ਗਏ, ਇੰਜਣ ਆਪਣਾ ਧੋਤਾ ਗਿਆ, ਅਤੇ ਸਿਲੰਡਰ ਗੇਟ ਆਪਾਂ ਨਵੀਂ ਪਾਵਾਂਗੇ, ਇਹਦੇ ਟਾਈਮਿੰਗ ਚੈਨ ਨਵੀਂ ਪਾਵਾਂਗੇ, RTV ਹੋ ਗਈ, ਸੀਲ ਗੇਟ ਹੋ ਗਈ, ਕਿੱਕ ਸਪਰਿੰਗ ਹੋ ਗਿਆ, ਸਾਰੇ ਜੈਨ ਹੋ ਗਏ, ਕਲੱਚ ਪਲੇਟਾਂ ਹੋ ਗਈਆਂ, ਮਗਲੈਲ ਦਾ ਲੀਟਰ ਹੋ ਗਿਆ, ਅਤੇ ਕਰਦੇ ਹਾਂ ਸ਼ੁਰੂ। ਅਤੇ ਗੇਅਰ ਆਪਣਾ ਖੰਡਾਇਆ ਪਏਗਾ, ਉਹ ਚੈਂਬਰ ਟਿਕੂਗਾ ਪਹਿਲਾਂ, ਇਹ ਤੋਂ ਕਰਦੇ ਹਾਂ ਆਪਾਂ ਫਿਰ ਸ਼ੁਰੂ ਆਹ ਚੈਂਬਰ ਤੋਂ, ਗੇਅਰ ਦੀ, ਗੇਅਰ ਤੋਂ ਕਰਾਂਗੇ ਆਪਾਂ ਸ਼ੁਰੂ। ਆਹ ਗੁੱਲਾ ਆਪਾਂ ਨੇ ਖੋਲ੍ਹਿਆ ਨਹੀਂ, ਅਤੇ ਦੱਸਦੇ ਹਾਂ ਵੀ ਇਹਦਾ ਗੇਅਰ ਕਿਵੇਂ ਹੈਗਾ। ਇਹ ਮੋਟਰਸਾਈਕਲ ਆ TVS ਵੈਕਟਰ GX, ਅਤੇ ਦੂਜੇ ਗੇਅਰ ਦਾ ਤਾਂ ਹੌਂਡਾ ਸਾਈਡ ਹੌਂਡਾ ਟੈਪ ਕਾਪੀ ਹੁੰਦਾ, ਠੀਕ ਹੈ। ਆ ਜਾਓ ਫਿਰ ਕਰੀਏ ਗੇਅਰ ਤੋਂ ਸ਼ੁਰੂ ਕੰਮ। ਗੇਅਰ ਆਪਣਾ ਪਿਆ, ਠੀਕ ਹੈ ਜੀ, ਕਰਦੇ ਹਾਂ ਆਪਾਂ ਫਿੱਟ। ਸਭ ਤੋਂ ਪਹਿਲਾਂ ਪਾ ਸ਼ਾਫਟ ਲਵਾਂਗੇ, ਇਹਦੀ ਗਰਾਰੀ ਫਿਕਸ ਹੀ ਹੁੰਦੀ ਹੈ, ਲਿਖਲਦੀ ਨਹੀਂ ਹੈਗੀ, ਅਤੇ ਕਰਦੇ ਹਾਂ ਸ਼ੁਰੂ। ਅਤੇ ਲੈ ਵੀ ਗੁੱਟ ਕੇ ਕਰ ਮੜੇ ਸਾਈਡ 'ਤੇ, ਸਹੀ ਜੇ ਕਰ ਲੈ। ਲਓ ਜੀ ਆਪਾਂ ਕਰੀਏ ਗੇਅਰ ਸ਼ੁਰੂ, ਗੇਅਰ ਕਰਦੇ ਹਾਂ, ਗੇਅਰ ਤੋਂ ਕਰਦੇ ਹਾਂ ਕੰਮ ਸਟਾਰਟ। ਗੁੱਲਾ ਆਪਣਾ ਕੱਸਿਆ ਹੋਇਆ, ਠੀਕ ਹੈ ਜੀ, ਗੁੱਲਾ ਜਿੱਥੇ ਹੁਣ ਖੜ੍ਹਾ ਇੱਥੇ ਖੜ੍ਹਾ ਲਓ, ਅਤੇ ਇਹਦੀ ਕੋਈ ਤੁਹਾਨੂੰ ਨਿਸ਼ਾਨੀ ਦੱਸ ਦਿੰਦੇ ਹਾਂ, ਨਿਸ਼ਾਨੀ ਗੁੱਲੇ ਦੀ, ਮਤਲਬ ਕਿ ਆਹ ਚੀਜ਼ ਹੈ ਦੇਖੋ, ਪਲੇਨ ਆਹ ਆਹ ਕੱਟ ਰੇ ਖੜਾ ਲਓ, ਆਹ ਚੀਜ਼ ਹੈ, ਅਤੇ ਇੱਥੇ ਇੱਥੋਂ ਤੁਹਾਡਾ ਗੇਅਰ ਬਿਲਕੁਲ ਸਹੀ ਪਊ, ਠੀਕ ਹੈ ਜੀ। ਅਤੇ ਵਾਇਰਿੰਗਾਂ ਨੂੰ ਤੇਲ ਦੇ ਰਿਹਾ ਆਪਾਂ ਨੇ ਦੋਨਾਂ ਨੂੰ, ਸਭ ਤੋਂ ਪਹਿਲਾਂ ਆਪਾਂ ਨੇ ਆਹ ਸ਼ਾਫਟ ਲੈ ਲੈਣੀ ਹੈ, ਇਹ ਸ਼ਾਫਟ ਪਾਉਂਦੇ ਹਾਂ ਆਪਾਂ, ਆਹ ਝਿਰੀਆਂ ਦੀ ਨਿਸ਼ਾਨੀ ਰੱਖਿਓ ਇੱਧਰ, ਠੀਕ ਹੈ ਜੀ। ਇਦੂ ਬਾਅਦ ਪਾਉਣੀ ਆਪਾਂ ਨੇ ਆਹ ਗਰਾਰੀ, ਆਹ ਚਾਰੇ ਕੱਟ ਨੇ ਜਿਹੜੇ ਫੁੱਲੇ ਨੀਚੇ ਨੂੰ ਜਾਣਗੇ, ਇਸ ਨੂੰ ਫਿਰ ਇਹਦੇ ਵਿੱਚ ਪਊਗੀ ਆਪਣੀ ਕੰਪਾਸ, ਆਹ ਕੰਪਾਸ ਪਾਉਣ ਵੇਲੇ ਆਪਾਂ ਨੇ ਇਹਦਾ ਧਿਆਨ ਰੱਖਣਾ ਵੀ ਆਹ ਨਿੱਪਲ ਜਾਂ ਨੱਪ ਤੁਹਾਡੇ ਉੱਤੇ, ਅਤੇ ਭੁਰੇ ਕਰਕੇ ਪਊਗਾ, ਇਹ ਪਊਗਾ ਉੱਪਰਲੀ ਝਰੀ 'ਚ, ਫਿਰ ਇਹਦੀ ਲਾ ਦਿਓ ਪਿੰਨ, ਲੱਗ ਗਈ ਜੀ ਪਿੰਨ, ਲੱਗ ਗਈ, ਲਿਆ ਜ ਲਿਆ ਕੇ ਦੇਖ ਲਓ ਦੇ ਕਿਵੇਂ ਸਹੀ ਹਲਦੀ ਆ ਗਰਾਰੀ ਆਪਣੀ, ਠੀਕ ਹੈ। ਹੁਣ ਟਿਕੂਗੀ ਉਰੇ ਗਰਾਰੀ, ਉਰੇ ਗਰਾਰੀ ਟਿਕੂਗੀ ਆਪਣੀ ਆਹ ਆਹ ਪਾਸਾ ਜਾਊ ਨੀਚੇ, ਕੋਈ ਵਾਸ਼ਲ ਨਹੀਂ ਲੱਗਦੀ, ਅਤੇ ਵਾਸ਼ਲ ਦੇ ਫਿਕਸ ਲੱਗੀ ਹੋਈ ਹੈ ਆਹ ਗਲੀਆਂ ਵਾਲਾ ਪਾਸਾ ਆਪਾਂ ਨੇ ਉੱਪਰ। ਇਸ ਤੋਂ ਬਾਅਦ ਪਊਗੀ ਆਪਣੀ ਆਹ ਗਰਾਰੀ, ਇਹਦੀਆਂ ਤਿੰਨੇ ਟੰਗਾਂ ਜੀ ਆਪਾਂ ਨੀਚੇ ਨੂੰ ਰੱਖਣੀਆਂ ਨੇ, ਇਹਦੇ ਵਿੱਚ ਵੀ ਆਪਾਂ ਨੇ ਇਸ ਲੋਟ ਕੰਪਾਸ ਲਾ ਲੈਣੀ ਹੈ,
ਅਤੇ ਇਹਦਾ ਵੀ ਧਿਆਨ ਰੱਖਣਾ ਵੀ ਆ ਨਾ ਡਿੱਗੇ, ਇਹ ਤੁਹਾਡੇ ਪਊ ਨੀਚੇ ਵਾਲੀ ਉਹ 'ਚ, ਨੀਚੇ ਵਾਲੀ ਝਰੀ 'ਚ ਵੀ ਇਹ ਵਾ ਆਪਾਂ ਫਿਰ ਪਿੰਨ ਲਾ ਦੇਣੀ ਹੈ। ਲੱਗ ਗਈ ਜੀ ਪਿੰਨ, ਠੀਕ ਹੈ। ਹੁਣ ਇਹਦੇ ਵਿੱਚ ਪਊਗੀ ਆਪਣੀ ਸ਼ਾਵਟ, ਜਿਹਨੂੰ ਆਪਾਂ ਕਹਿ ਦਿੰਦੇ ਕਲੱਚ ਸ਼ਾਵਟ, ਮਤਲਬ ਕਿ ਕਲੱਚ ਉਰੇ ਆਉਂਦਾ ਚੂੜੀ ਵਾਲਾ ਪਾਸਾ ਆਪਾਂ ਨੇ ਤਾਂ ਰੱਖਣਾ, ਪਾਸਾ ਨੀਚੇ ਜਾਊਗਾ। ਇਹ ਹੈ TVS ਵਿਕਟਰ ਦਾ ਗੇਅਰ, GX ਦਾ, ਅਤੇ ਉਰੇ ਕਰਾਰੀ ਆਪਣੀ ਆ ਪੈਣੀ ਹੈ। ਇਹਦਾ ਨਿਸ਼ਾਨ ਆ ਪਲੇਨ ਪਾਸਾ ਤਾਂ ਰੱਖਣਾ, ਆ ਡੂੰਘਾ ਪਾਸਾ ਹੈ ਇਹ ਨੀਚੇ, ਅਤੇ ਉਰੇ ਆਊਗੀ ਆਪਣੀ ਬਾਸ਼ਲ, ਬਾਸ਼ਲ ਦੇ ਉੱਪਰ ਆਊਗਾ ਆਪਣਾ ਇੱਕ ਬੁਸ਼, ਬੁਸ਼ ਮਤਲਬ ਕਿ ਆਹ ਵਾਇਰਿੰਗ ਵਾਲਾ ਉਰੇ ਵਾਲਾ। ਇਹਦਾ ਕੋਈ ਚੱਕਰ ਨਹੀਂ, ਜੇ ਐਂ ਪਾ ਦਿਓ ਜੇ ਐਂ ਪਾ ਦਿਓ, ਪਾਸਾ ਜਿਹੜਾ ਮਰਜ਼ੀ ਪਾ ਦਿਓ ਮਤਲਬ। ਅਤੇ ਹੁਣ ਆਊਗੀ ਆਪਣੀ ਕਰੈਂਕ, ਅਤੇ ਇਸ ਇਹਨੂੰ ਵਾਇਰਿੰਗਾਂ ਨੂੰ ਦਿੱਤਾ ਹੋਇਆ ਇੱਧਰ ਦੀ ਪਾਇਆ ਹੋਇਆ ਚੈੱਕ ਹੋਈ ਹੋਈ ਹੈ, ਅਤੇ ਆਹ ਜਿੱਧਰ ਆਹ ਛੋਟੀ ਗਰਾਰੀ ਆ ਟਾਈਮਿੰਗ ਚੈਨ ਵਾਲੀ, ਇਹ ਉੱਧਰ ਜਾਊ ਮੈਗਨੈਟ ਪਊਗਾ ਇੱਧਰਲੀ ਸਾਈਡ, ਅਤੇ ਪਲੰਜਰ ਸਾਈਜ਼ ਹੀ ਹੁੰਦਾ ਇਹ ਵਾਇਰਿੰਗ। ਅਤੇ ਉਰੇ ਆਊਗੀ ਆਪਣੀ ਕਿੱਕ ਸ਼ਾਫਟ, ਕਿੱਕ ਸ਼ਾਫਟ 'ਚ ਆਪਾਂ ਨੇ ਸਪਰਿੰਗ ਪਾ ਲਿਆ ਐਸਲੋਟ, ਅਤੇ ਇਹਦੇ ਵਿੱਚ ਰਾਬੜ ਦੀ ਪਊਗੀ ਬਾਸ਼ਲ, ਬਾਸ਼ਲ ਤੁਸੀਂ ਵਿੱਚ ਨਿਗਾਹ ਮਾਰ ਹੀ ਲਓ ਉਹ ਪਈ ਹੈ ਵਿੱਚ ਐਂ, ਇਹ ਹੁੰਦੀ ਹੈ ਵੀ ਸਪਰਿੰਗ ਹੋਰ ਆਪਣਾ ਜਾਣ। ਸਪਰਿੰਗ ਪਾਣੀ ਉਰੇ ਲੱਗ ਜੂਗਾ, ਠੀਕ ਹੈ ਜੀ। ਹੁਣ ਲਾਉਂਦੇ ਆਪਾਂ ਤਾਂ ਜੈਮ, ਫੇਸ ਚੰਗੀ ਤਰ੍ਹਾਂ ਕੱਪੜਾ ਮਾਰ ਕੇ ਸਾਫ ਕਰਕੇ RTV ਲਾਉਂਦੇ ਆਪਾਂ, ਅਤੇ RTV ਪਾ ਕੇ ਅਤੇ ਆਪਣੀ ਜੈਮ ਕਿੱਟ ਖੋਲਦੇ ਹਾਂ। TVS ਵਿਕਟਰ, ਠੀਕ ਹੈ ਜੀ। ਚੈਂਬਰ ਆਪਣਾ ਬਿਲਕੁਲ ਸਾਫ਼ ਹੈ, ਅਤੇ ਇਹਨੂੰ ਆਪਾਂ ਮਗਲੈਲ ਦੇ ਲਈਏ ਵਾਇਰਿੰਗਾਂ ਨੂੰ, ਹੋਗੀ ਆਪਣੀ ਗੇਅਰ ਸ਼ਾਫਟ, ਪੰਪ ਆਪਣਾ ਸਹੀ ਹੈ ਬਿਲਕੁਲ, ਚੈੱਕ ਕਰਿਆ ਹੋਇਆ ਪਹਿਲੇ, ਅਤੇ ਆ ਲਓ ਫੇਸ ਦੇਖ ਲਓ, ਜੈਨ ਕਿਤੇ ਹੈ ਨਹੀਂ ਗਾ, ਫਿਰ ਵੀ ਤਸੱਲੀ ਕਰਕੇ ਫਿਰ ਲਗਾਓ। ਆਪਾਂ ਪਾਸਾ ਬਲਟਾ ਕੇ ਨਟ ਲਾ ਦਈਏ ਇਹਦੇ ਸਾਰੇ, ਨਟ ਲੱਗ ਗਏ। ਹੁਣ ਉੱਤੋਂ ਮੈਂ ਆਪਾਂ ਉਹ ਆ ਗੇਅਰ ਗੁੱਲੇ ਦਾ ਲੌਕ ਜਾਂ ਦੋ ਪਿੰਨਾਂ ਪਤਾ ਕਾਹਤੋਂ ਉੱਚੀਆਂ ਨੇ, ਆਹ ਤਿੰਨ ਥੱਲੇ ਨੇ, ਇਹਦਾ ਵੀ ਕਾਰਨ ਹੈ।
ਇਹਦਾ ਕਾਰਨ ਇਹ ਆਪਾਂ ਨੇ ਅੱਜ ਪਾ ਲਈ, ਅੱਜ ਤੱਕ ਤੈਨੂੰ ਕਾਰਨ ਦੱਸਦਾ ਚੱਕਰ ਕੀ ਹੈ। ਠੀਕ ਹੈ, ਤਿੰਨ ਪਿੰਨਾਂ ਨੀਵੀਆਂ ਨੇ, ਦੋ ਉੱਚੀਆਂ ਨੇ, ਵੀ ਚੱਕਰ ਕੀ ਹੈ। ਆਹ ਫੁੱਲ ਜੇ ਨੂੰ ਜਿੱਥੇ ਮਰਜ਼ੀ ਪਾ ਦਿਉ ਇਹਨੂੰ ਤਾਂ, ਠੀਕ ਹੈ। ਆਹ ਦੇਖੋ ਹੁਣ ਉਹ ਤਿੰਨ ਪਿੰਨਾਂ ਦਾ ਇਹਦੇ ਬਰਾਬਰ ਨੇ, ਦੋ ਉੱਚੀਆਂ ਨੇ। ਇਹ ਪਤਾ ਕਾਹਤੋਂ, ਇਹਦਾ ਟਾਈਮ ਦੱਸਿਆ ਹੁੰਦਾ। ਆਹ ਦੇਖ ਵੀ ਇਹ ਹੱਲੇ ਚੱਲੇ ਨਾ, ਮਤਲਬ ਕਿ ਟਾਈਮ ਇਹ ਵੀ ਇੱਥੇ ਤੋਂ ਨਟ ਕੱਸਤਾ ਵੀ ਉਹਨਾਂ ਪਰ ਨਾ ਜਾਵੇ, ਗੇਅਰ ਦੀ ਸੈਟਿੰਗ ਨਾ ਹੱਲੇ, ਠੀਕ ਹੈ। ਇਹ ਐਂ ਇਹ ਸਹੀ 'ਚ ਪਾਉਣਾ ਇਹ ਪੂਰੇ ਇੱਥੇ, ਠੀਕ ਹੈ। ਅਤੇ ਹੁਣ ਇਹਦਾ ਆਪਾਂ ਲਾਉਣਾ ਨਟ, ਕੌਲੇ 'ਚ ਨਟ ਕੱਢੇ ਪਏ ਕਿੱਧਰ ਪਏ। ਹੁਣ ਇਹਦਾ ਆਪਾਂ ਹਾਂ ਜਦੋਂ ਨਟ ਲਾਵਾਂਗੇ ਇਹਦੇ ਵਿੱਚ ਥੋੜ੍ਹਾ ਮਗਲਾਇਆ ਪਾਲਾ, ਖੁੱਲਿਆ ਟਾਇਟ ਪਈ ਇਹ ਨਟ ਤਾਂ ਮਗਲਾ। ਹੁਣ ਲਬੂਰੇ ਆ ਜੀ ਗੇਅਰ ਨੂੰ ਖੜਾ ਕੇ ਰੱਖੋ, ਇੱਥੇ ਇੱਕ ਸਿੰਮ ਪਊਗੀ ਇਹਦੇ ਬਰੀਕ ਜੀ। ਇੱਥੇ ਪਊਗੀ ਕੌਣ ਕਰਾਰੀ ਆ ਵੀ ਹੈ ਢਿੱਲੀ ਬਹੁਤ ਹੈ, ਲਵਾਉਣਾ ਪਊਗਾ। ਅਤੇ ਹੁਣ ਪਾਈ ਦਾ ਟਾਈਮ ਪਾਉਂਦੇ, ਚੱਲ ਇਹਦਾ ਵੀ ਕਰਦੇ ਹਾਂ ਹੱਲ ਬੁਸ਼ ਦਾ, ਕਿਆ ਹੋ ਗਈ ਆਪਣੇ ਕੋਲ। ਇੱਥੇ ਪਊ ਆਪਣਾ ਆਹ, ਇਹਨੂੰ ਐਂ ਗੇੜਾ ਦੇ ਕੇ ਇੱਧਰ ਨੂੰ ਬੈਕ, ਦੇਖੋ ਜੀ ਹੁਣ ਪਾਈ ਦਾ ਟਾਈਮ ਪਾਉਂਦੇ ਹਾਂ ਵੀ ਇਹਦਾ ਟਾਈਮ ਕਿਵੇਂ ਪਊਗਾ, ਵੀ ਇਹ ਇੰਨੀ ਪਲੇ ਆ ਵੀ ਕਿੱਕ ਕਿਵੇਂ ਮੁੜ ਕੇ ਆਉਂਦੀ ਹੈ ਤਾਂ। ਇਹਨੂੰ ਆਪਾਂ ਨੇ ਇੱਥੇ ਸਪਰਿੰਗ ਧਰ ਲੈਣਾ, ਸਪਰਿੰਗ ਦਾ ਜਿਹੜਾ ਮਰਜ਼ੀ ਪਾਸਾ ਉੱਤੇ ਤਾਹਾਂ ਢਾਂ ਕਰ ਲਓ ਵੀ ਆਹ ਰੇਚੜਾ ਇਹਦੇ ਬੰਦੇ ਤਾਹਾਂ ਨੂੰ ਰੱਖਣੇ ਨੇ ਆਪਾਂ ਨੇ। ਇਹ ਹੁਣ ਤਾਂ ਜਾ ਡਿੱਗੀ ਆ, ਦੇਖੋ ਨਿਊਟਰਲ ਹੈ ਇਹ, ਉਰੇ ਨਹੀਂ ਪੈਂਦੀ। ਪਊਗੀ ਤਾਂ ਇਹ ਇੱਥੇ ਹੀ ਤੁਹਾਨੂੰ ਦੱਸਾਂਗੇ ਵੀ ਕਿਵੇਂ ਪਊਗੀ। ਇੱਥੇ ਆਪਾਂ ਨੇ ਕਿੱਕ ਧਰ ਲਓ, ਧਰ ਲਈ ਇਹਨੂੰ ਪਹਿਲਾਂ ਗੇੜਾ ਦੇਈ, ਚਲੋ ਐਂ ਜਿੱਥੇ ਤੁਹਾਨੂੰ ਐਂ ਲੱਗਦਾ ਕਿ ਇੱਥੋਂ ਕਿੱਕ ਆਪਣੀ ਪੁੱਠੀ ਮੁੜ ਕੇ ਐਂ ਵੱਜੂਗੀ, ਉੱਥੇ ਜਾ ਕੇ ਖੜਾ ਲਓ ਇਹਨੂੰ, ਇੱਥੇ ਜੇ ਖੜਾ ਲਓ। ਹੁਣ ਇਹ ਆਪਾਂ ਪਾਉਣੀ ਕਿੱਥੇ, ਇਹ ਉਰੇ ਪਾ ਦਿਉ, ਠੀਕ ਹੈ ਜੀ। ਉੱਥੋਂ ਹੁਣ ਆਪਾਂ ਜਦੋਂ ਛੱਡਾਂਗੇ ਐਂ ਕਿੱਕ ਮਾਰ ਕੇ ਲਿਆਵਾਂਗੇ ਐਂ, ਇਹਨੇ ਐਂ ਵੱਜਣਾ ਕਿ ਸ਼ਾਫਟ ਨੇ, ਮਤਲਬ ਕਿ ਜਦੋਂ ਆਪਾਂ ਹੁਣ ਕਿੱਕ ਮਾਰਨੀ ਸ਼ੁਰੂ ਕਰਾਂਗੇ ਮੋਟਰਸਾਈਕਲ ਦੀ। ਦੇਖੋ ਮਾਰੀ ਕਿੱਕ, ਇੱਥੋਂ ਆਪਾਂ ਛੱਡਾਂਗੇ ਇਹਨੂੰ, ਛੱਡਾਂਗੇ ਕੜੱਪ ਦੇ ਨੇ ਜਾ ਕੇ ਉੱਥੇ ਵੱਜਾਂਗੇ, ਠੀਕ ਹੈ। ਅਤੇ ਹੁਣ ਇਹਦੇ ਉੱਤੇ ਪਾਵਾਂਗੇ ਤੁਹਾਨੂੰ ਰੇਚੜ, ਰੇਚੜ ਦਾ ਬਸ ਆਪਾਂ ਨੇ ਨੀਚੇ ਕਰਨਾ। ਦੇਖੋ ਹੁਣ ਇਹ ਫ੍ਰੀ ਹੈ, ਇਹ ਕੰਮ ਕਿਵੇਂ ਕਰੂ, ਕੰਮ ਕਰੂ ਇਹ ਜਦੋਂ ਆਪਾਂ ਨੇ ਸ਼ਾਫਟ ਦੱਬ ਲਈਏ ਇਹਨੂੰ, ਇਹ ਤੁਰੇ ਜਾ ਕੇ ਲੱਗ ਗਈ ਕੰਮ ਕਰਨ, ਚੱਲ ਪਈ ਗਰਾਰੀ ਇਹਦੇ ਨਾਲ, ਤੱਕ ਚੱਕਰ ਪਾ ਦਿੰਦੀ ਹੈ ਕਿਹੜੀ ਗਰਾਰੀ ਚੱਕਰ ਪਊ, ਤੂੰ ਪੁੱਠੀ ਮੁੜ ਕੇ ਆਉਣਾ ਨਹੀਂ ਖੜ ਜਾ ਉਹ ਉਤਰੀ ਨਾਲ। ਇਹ ਜਿਹੜੀ ਤਾਂ ਆਪਾਂ ਬੁਸ਼ ਲਵਾ ਕੇ ਪਾਵਾਂਗੇ, ਉਰੇ ਰੇਚਰ ਮੈਂ ਬੁਸ਼ ਲਵਾਉਣੀ ਉਹ ਕੀਤੀ ਤੀ, ਥੱਲੇ ਸਿਮ ਪਾ ਕੇ ਆਏ, ਠੀਕ ਹੈ। ਇਹ ਕੰਮ ਆਏ ਸਲੋਟ ਕਰੂ, ਅਤੇ ਉਰੇ ਆਹ ਬਾਸਲ ਪੈਜੂ, ਫਿਰ ਇੱਥੇ ਆਹ ਭੁਰ ਜਾ ਟਿੱਕੂ, ਫਿਰ ਇੱਥੇ ਬੁਸ਼ ਪਊ, ਫਿਰ ਇੱਥੇ ਕਬਲਾ ਪਊ, ਉਹ ਜਿਹੜੀ ਉਹ ਗਰਾਰੀ ਹੈ ਆਪਾਂ ਨੇ ਇਹਨੂੰ ਘੁਮਾਊਗੀ ਐਂ ਇਸ ਲੋਟ, ਉਹ ਆਪਣੇ ਆਹ ਕਬਲੇ ਨੂੰ ਘੁਮਾਊਗੀ। ਦੇਖੋ ਇਹਦੇ ਨਾਲ ਆਹ ਗਰਾਰੀਆਂ ਵੀ ਚੱਲਣਗੀਆਂ ਇਹ ਜਦੋਂ ਇੰਜਨ ਸਟਾਰਟ ਹੋਜੂ ਫ੍ਰੀ, ਇਹ ਫ੍ਰੀ ਨਿਊਟਰਲ ਨੇ, ਇਹ ਇਹਨੇ ਸਟਾਰਟ ਕਰਨ ਵਾਸਤੇ। ਜਿਹੜੀ ਥੱਲੇ ਵਾਲੀ ਰੈਚਰ ਆ ਉਹ ਇਹਨੂੰ ਘੁਮਾਊ, ਇਹ ਆਹ ਗਰਾਰੀ ਨੂੰ ਘੁਮਾਊ, ਇਹ ਗਾਹਾਂ ਆਪਣੇ ਕੌਲੇ ਨੂੰ ਘੁਮਾਊ, ਕੌਲੇ ਦੇ ਕਲੱਚ ਪਲੇਟ ਸਪਰਿੰਗ ਲਾ ਕੇ ਇਹ ਕ੍ਰੈਂਕ ਨੂੰ ਘੁਮਾਊ, ਕ੍ਰੈਂਕ ਗੇੜਾ ਦੇਊ, ਕਰੰਟ ਆਊ, ਕਰੰਟ ਆ ਕੇ ਮੋਟਰਸਾਈਕਲ ਸਟਾਰਟ ਹੋਊ। ਹੁਣ ਦੇਖਿਆ ਤਾਂ ਆਪਾਂ ਨੇ ਹੁਣ ਕਿੱਕ ਮਾਰਦੇ ਹਾਂ, ਥੱਲੇ ਫ੍ਰੀ ਹੈ ਇਹ, ਹੁਣ ਚੱਲ ਪਊਗੀ ਇਹ ਉਦੋਂ, ਲੱਗ ਗਿਆ ਕੁਕਣੀ ਜਾਂ ਦੇਖੋ ਇਸ ਲੋਟ ਕੰਮ ਕਰੂਗਾ ਇਹ। ਹੁਣ ਆਪਾਂ ਇਹਦਾ ਇੰਤਜ਼ਾਮ ਕਰਦੇ ਹਾਂ, ਇਹਦਾ ਬੁਸ ਲਾ ਕੇ ਇਹਨੂੰ ਇਸ ਲੋਟ ਹੀ ਪਾ ਕੇ ਇਹਦਾ ਲੌਕ ਪਾਵਾਂਗੇ, ਇੱਕ ਲੌਕ ਪਊਗਾ ਇਹ,
ਅਤੇ ਇਹਦੇ ਉੱਪਰ ਆਹ ਬੁਸ਼ ਪਊ ਅਤੇ ਆਪਣੀ ਆਹ ਇੱਕ ਬਾਸ਼ਲ ਬਾਸ਼ਲ ਕਹਿ ਲਓ ਸਿਮ ਕਹਿ ਲਓ ਇਹ ਚੀਜ਼ ਪਊਗੀ। ਠੀਕ ਹੈ ਜੀ, ਗਾਹਾਂ ਹੁਣ ਆਪਾਂ ਬੁਸ ਲਾ ਕੇ ਅਤੇ ਇਹਨੂੰ ਸਾਰਾ ਕੰਪਲੀਟ ਕਰਕੇ ਹੁਣ ਕਲੱਚ ਪਲੇਟਾਂ ਪਾਵਾਂਗੇ। ਇਹਦੇ ਵਿੱਚ ਹੁਣ ਆਪਾਂ ਨੇ ਬੁਸ ਲਾ ਲਿਆ ਅਤੇ ਲੌਕ ਵੀ ਪਾਤਾ ਆਪਾਂ ਨੇ। ਠੀਕ ਹੈ, ਹੁਣ ਲੌਕ ਪਾ ਕੇ ਅਤੇ ਮਤਲਬ ਕਿ ਜਿਹੜਾ ਵੀ ਤਾਹਾਂ ਐਂ ਨਿਕਲੇ ਨਾ ਤਾਹਾਂ ਨੂੰ ਲਾਓ ਕੇ ਇਸ ਵਾਸਤੇ ਹੁਣ ਆਪਾਂ ਨੇ ਆਹ ਪਾ ਲੈਣਾ। ਹੁਣ ਕਰਾਂਗੇ ਆਪਾਂ ਪਲੇਟਾਂ ਫਿੱਟਾਂ। ਆਹਾ ਨਾ ਇੱਥੇ ਪੈਂਦਾ ਹੁੰਦਾ, ਇਹਦੇ ਵਿੱਚ ਇੱਕ ਆਉਂਦੀ ਹੈ ਬਰੀਕ ਜਿਹੀ ਗੋਲੀ। ਠੀਕ ਹੈ, ਅਤੇ ਆਹ ਸੀਲ ਪਾਵਾਂਗੇ ਆਪਾਂ ਨਵੀਂ। ਸੀਲ ਬਦਲਣੀ ਜ਼ਰੂਰੀ ਹੈ ਨਹੀਂ ਤਾਂ ਕਰੰਕ ਨੂੰ ਤੇਲ ਨਹੀਂ ਸਹੀ ਜਾਂਦਾ। ਇਹ ਉਰੇ ਵਾਲੀ ਸੀਲ ਹੈ, ਇੱਥੇ ਵਾਲੀ ਹੈ, ਕਰੰਕ ਨੂੰ ਤੇਲ ਦਿਓ। ਆਹ ਪੁਰਜਾ ਆਪਾਂ ਉਰੇ ਪਊਗਾ, ਮਤਲਬ ਕਿ ਉਰੇ ਵਾਲਾ ਇਹ ਇੱਥੇ ਵਾਲਾ ਲੈ। ਹੁਣ ਆਪਾਂ ਇਹਦੇ ਜੈਨ ਲਾ ਦਈਏ, ਇੱਧਰ ਹੀ ਲਾ ਦਿੰਦੇ ਹਾਂ ਕੋਲੀਆਂ 'ਚ, ਸਹੀ ਸੈੱਟ ਆ ਜੂ। ਅਤੇ
ਕਦੇ ਆਹ ਟੋਆ ਵੱਡਾ ਹੈ ਆਹ ਛੋਟਾ ਹੈ ਜਿੱਧਰ ਆ ਪੈਟਰੋਲ ਵਾਲ ਕਾ ਨਹੀਂ ਆਊਗਾ ਪੈਟਰੋਲ ਵਾਲ ਵੱਡਾ ਹੁੰਦਾ ਹਰੇ ਇਹਦੇ ਆਹ ਛੋਟਾ ਵਾਲ ਆ ਇਹ ਮਤਲਬ ਕਿ ਵਾਲ ਨਾ ਵੱਜੇ ਇਹਦੇ ਵਿੱਚ ਜੇ ਪਾ ਲਾਂਗੇ ਪੁੱਠਾ ਸਿੱਧਾ ਸਿਸਟਮ ਤਾਂ ਵਾਲ ਵੱਜਣ ਲੱਗ ਜੂਗਾ ਪੈਟਰੋਲ ਵਾਲ ਇੱਥੇ ਆਹ ਚੀਜ਼ ਪੈਟਰੋਲ ਵਾਲ ਕਾ ਨਹੀਂ ਰੱਖਣੀ ਆਪਾਂ ਨੇ ਐਂ ਠੀਕ ਹੈ ਐ ਸਲੋਟ ਨੂੰ ਪੂ ਪਿਸਟਨ ਅਤੇ ਤੀਰ ਦਿੱਤਾ ਹੋਇਆ ਆਹ ਮਤਲਬ ਤੀਰ ਧੂੰਆਂ ਧੂੰਏ ਵਾਲੀ ਸਾਈਡ ਜਾਊ ਇਹ Thank you.
ਪੰਛੀ ਕਿੱਧਰ ਗਏ? ਸਾਡੇ 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 ਸਾਡ
ਠੀਕ ਹੈ। ਇਹ ਵੇਖੀਏ ਉਰੇ ਕੋਈ ਲੋਕ ਨਹੀਂ ਹੈਗਾ, ਜਿਵੇਂ ਲੋਕ ਲਾਉਣਾ ਹੋਵੇ ਕੇਮ ਬਾਹਰ ਨਾ ਆਵੇ। ਇਹਦੇ ਆਹ ਉਰੇ ਥਾਂ ਦਿੱਤਾ ਹੋਇਆ ਦੇ ਆਹ ਚੀਜ਼, ਜੇ ਤੈਨੂੰ ਮੈਂ ਦਿਖਾਵਾਂ ਵੀ ਆਹ ਚੀਜ਼ ਉੱਥੇ ਲੱਗਣ ਤੋਂ, ਇਹ ਹੁਣ ਜਮਾਂ ਕੇਮ ਥੱਲੇ ਬੈਠੀ ਹੈ। ਖੈ ਵੀ ਕੇਮ ਬਾਹਰੇ ਨਾ ਨਿਕਲੇ ਐਂ, ਠੀਕ ਹੈ ਐਂ ਲੋਕ ਲੱਗਿਆ ਥੱਲੇ, ਇਹਦਾ ਲੋਕ ਬਣਾਇਆ ਹੋਇਆ। ਟਾਈਮ ਪਊਗਾ ਕੱਟਰ ਖਾਂਚਾ ਟੋਪ 'ਤੇ ਕਰਕੇ, ਪਿਸਟਨ ਟੋਪ 'ਤੇ ਖੜਾ ਰਹਿੰਦਾ ਕੱਟਰ ਜਮਾਂ ਸਹੀ ਕਰਾਂਗੇ ਜਦੋਂ ਆਪਾਂ। ਹਾਂਜੀ ਇੱਥੇ ਇਹਦਾ ਟਾਈਮ ਪਊਗਾ। ਬਾਲ ਇੱਥੋਂ ਆ ਦੇਖ, ਦੋਨੇ ਬਾਲ ਇੱਕੋ ਜਿਹੇ ਉੱਠੇ ਹੋਏ, ਫਿਰ ਇਹਦੀਆਂ ਟਾਈਪਾਂ ਸੈੱਟ ਕਰਾਂਗੇ। ਆਹ ਬੁਸ਼ ਲੱਗਿਆ ਹੋਇਆ ਹੈ ਨਾ ਪਹਿਲਾਂ, ਇਹਦਾ ਜੈਨ ਟੀਵੀ ਬੰਦ। ਪਤਾ ਕੀ ਚੱਕਰ ਆ, ਆਹ ਪਿੰਨ ਜੀ ਆ ਕਾਹਤੋਂ ਲਾਈ ਹੋਈ ਆ ਆਹ, ਠੀਕ ਹੈ। ਅਤੇ ਇਹ ਜਿਹੜੀ ਇੱਧਰਲੀ ਪੈਟਰੋਲ ਟੈਪ ਤੋਂ, ਇਹ ਉਹਨੂੰ ਉਰਾਂ ਆਉਣ ਤੋਂ ਰੋਕੂਗੀ ਵੀ ਇੱਧਰਲੀ ਨਾ ਆਵੇ। ਫਿਰ ਤੂੰ ਮੈਨੂੰ ਸਵਾਲ ਕਰੇਗਾ ਵੀ ਆ ਵੀ ਇੱਧਰ ਤਾਂ ਕਿਉਂ ਨਹੀਂ ਲਾਈ, ਇੱਧਰ ਪਤਾ ਕਿਉਂ ਨਹੀਂ ਲਾਈ, ਇੱਧਰ ਆਏ ਆ, ਇੱਧਰ ਜਿਹੜਾ ਇਹਦਾ ਸਟੱਡ ਆ ਇਹ ਲੋਕ ਬਣ ਜੂਗਾ, ਆਏ ਇੱਕ ਪਾਸੇ ਇਹ ਸਟੱਡ, ਇਹਦੇ ਵਿੱਚ ਵੀ ਆਹ ਸਟੱਡ ਵਿੱਚ ਦੀ ਮਗਲਾਇਆ ਲਾਊ ਇਹਨੂੰ, ਇੱਥੇ ਮਗਲਾਇਆ ਲਾ ਕੇ, ਇਹਦੇ ਵਿੱਚ ਦੀ ਮਗਲਾਇਆ ਲਾ ਕੇ ਆਹ ਸਰਾਕ ਵਿੱਚ ਦੀ ਅੰਦਰ ਕ੍ਰੋਸ ਕਰੂਗਾ, ਉੱਥੋਂ ਨੁੱਚੜ ਨੁੱਚੜ ਨੀਚੇ ਜਾਈ ਜਾਊਗਾ। ਇਹਦਾ ਟਾਈਮਿੰਗ ਚੈਨ 'ਤੇ ਆ ਕੇ ਇੱਧਰ ਉਹ ਦੇਖ ਗੈਲਰੀ ਦਿੱਤੀ ਹੋਈ, ਠੀਕ ਹੈ ਜੀ। ਉਹ ਗੈਲਰੀ ਵਿੱਚ ਦੀ ਤੇਲ ਫਿਰ ਇੱਧਰ ਫਿਰ ਜਾਈ ਜਾਊਗਾ, ਠੀਕ ਹੈ। ਨਾਲੇ ਤਾਂ ਰੌਕਰਾਂ ਨੂੰ ਮਿਲੂਗਾ ਇੱਧਰੋਂ ਆਉਂਦਾ ਹੋਇਆ, ਅਤੇ ਨਾਲੇ ਇੱਧਰਲੇ ਰੌਕਰ ਨੂੰ ਮਿਲੂਗਾ, ਦੋ ਪਾਸੇ ਕੰਮ ਕਰੂਗਾ। ਇੱਧਰ ਤਾਂ ਸਟੱਡ ਦਾ ਲੋਕ ਬਣ ਜੂਗਾ ਇਹਦਾ, ਇੱਧਰ ਆ ਕੇ ਪਿੰਨ ਦਾ ਲੋਕ ਬਣ ਗਿਆ ਰੌਕਰ ਦੀ, ਪਿੰਨ ਬਾਹਰ ਆਉਣ ਤੋਂ ਇਸ ਲੋਟ ਆਏ, ਠੀਕ ਹੈ ਐਂ ਆ, ਠੀਕ ਹੈ ਜੀ। ਇਹ ਐਂ ਨਹੀਂ ਪੈਂਦੀ, ਇਹ ਐਂ ਪਊਗੀ, ਇਹਦੇ ਨਾਲ ਮਤਲਬ ਚੈਨ ਚੱਲੂਗੀ ਘਿਸਰ ਕੇ, ਟਾਈਮਿੰਗ ਚੈਨ। ਹੈੱਡ ਧਰਤਾ ਜੀ ਆਪਾਂ ਨੇ, ਹੁਣ ਟਾਈਮ ਦੱਸਦੇ ਹਾਂ। ਚੈਂਬਰ ਦੇ ਉੱਤੇ ਨਾ ਨਿਸ਼ਾਨ ਲੱਗਿਆ ਹੁੰਦਾ ਕੱਟ ਦਾ, ਕੱਟਰ ਖਾਂਚਾ ਇਹਦਾ ਉੱਪਰ ਆਜੂ ਤਾਂ ਹਾਂ, ਤਾਂ ਮੈਗਨੈਟ ਪਾ ਕੇ ਇਹ ਨਿਸ਼ਾਨ ਅਲਖੀਰ ਦਾ ਇਹਨੂੰ ਸਿੱਧਾ ਕਰ ਲੈਣਾ। ਆਹ ਉਹ ਟੀ ਲਿਖਿਆ ਆਜੂ ਵੀ ਪਿਸਟਨ ਟੋਪ 'ਤੇ, ਇਦੂ ਬਾਅਦ ਆਪਾਂ ਇੱਧਰ ਆ ਜਾਊ, ਇੱਧਰ ਆਹ ਤੀ ਨਿਸ਼ਾਨ ਗਰਾਰੀ ਦੇ, ਇਹ ਆਪਾਂ ਨੇ ਇਹਦੇ ਨਾਲ ਮਿਲਾ ਲੈਣਾ, ਠੀਕ ਹੈ ਜੀ। ਅਤੇ ਉੱਧਰੋਂ ਦੇਖੋ ਨੀਚੇ, ਅਤੇ ਇੱਧਰ ਜਿੱਥੇ ਆਪਾਂ ਨੇ ਐਂ ਗੇੜਾ ਦੇ ਤਾ ਕੇਮ ਨੂੰ, ਬਾਲ ਸੁਣ ਦੱਸਿਆ ਤੀ ਵੀ ਇੱਕੋ ਜਿਹੇ ਹੋ ਜਾਣਗੇ, ਉੱਥੇ ਗਰਾਰੀ ਪਾਉਣੀ ਆਪਾਂ ਨੇ, ਉਹ ਪਾ ਕੇ ਇਦੂ ਬਾਅਦ ਆਪਾਂ ਨੇ ਹੁਣ ਇਹਦੀਆਂ ਟਾਈਮ ਮੈਟਲ ਵੀ ਲਾਤਾ ਜਿਹੜਾ ਸਪਰਿੰਗ ਨੂੰ ਟਾਈਟ ਰੱਖਦਾ, ਅਤੇ ਹੁਣ ਆਪਾਂ ਇਹਦੀਆਂ ਕਰਦੇ ਹਾਂ ਟੈਬਟਾਂ। ਟੈਬਟਾਂ ਕਰਨ ਦਾ ਤਰੀਕਾ ਤਾਂ ਇਹ ਹੈ, ਆਹ ਬਾਲ ਆਪਾਂ ਨੀਚੇ ਲੈ ਜਾਵਾਂਗੇ,
मैं घुमा रहा जाऊगा चल आ जाए जिथे बाल खड़ गए जाके तो आने लगे तो फिर बाइक ले लेंगे पूरे खड़ गया इतने अपन इधरली टाइट ना टाइट चाहिए ना ढिली चाहिए है साइड प्ले चाहिए है मतलब इस लोट साइड प्ले है तो ऐ माड़ी तह भी है हले इन 5-7 दिन चलन दो बालों सीटा सही बन जाएगी जो हूँ ही टाइट कर देंगे बाल लीक कर जाए तो हूँ इधरले बाल नू अपन नीचे ले जाएंगे तो फिर इधरले बाल नू भी अपने उस रोटी वो करना है जिम्मे उन्हें थले दबा हुआ टाइट है पहले आप इधरला बाल थले चलते हैं चल प्यार हूँ खड़ गया है उठन लग गया उपर हूँ मैं माड़ा जहाँ फिर उधर बैक गेड़ा दूँ मैगनेट का देख इतने बिल्कुल सही खड़ गया हम पाए बाल चेक करते हैं ना टाइट है ना ढिला है बिल्कुल सही है खड़कता होगा सही ने दोनों टाइप का जो थोड़ा टाइम सही हो ना थोड़े गूठे नू दसूगा पड़ाके मारूगा बाल भी हाँ कुछ कुछ करूगा देखो हल तो देखो जो आपने स्टार्ट कर देना उदो कि प्रेसर बन जाना जो टाइम सही बनया गया टैबटा बिल्कुल सही हो गई मोटरसाइकिल ने सारा करंट सिस्टम सही करता पैर नहीं धराना नाल दी नाल स्टार्ट कले कले स्टोक पर चलूगा जे तुसी एक टैबट टाइट कर लैंदे एक ढिली कर लैंदे आप बाल टाइट रह जांदा तो वह फिर स्लो नहीं चलता है दिक्कत आउंदी उहदे विच चलन की प्रेसर लीक होई जांदा चलू किवें ठीक है जी हूँ तो बस आपने इंजन बच गया बस आह ही लाना मैगनेट भी कसा गया टाइम बच गया आह सारे जैन जप्पा ला के आह ला के इंजन तैयार है हूँ पिछदर के बाद स्टार्ट कर दी मिलेंगे अगे ਵਧੀਆ ਬਾਈ ਹਾਂ ਆ ਲੋਂ ਬਸ ਓਕੇ
ਗਿਆ ਚਾਹ ਪਾਣੀ ਵਾਹ ਵਾਹ।